ਦਰਸ਼ਕੋ, ਡੇਲੀ ਡੋਗਰੀ ਖਬਰੇ ਤੁਹਾਡਾ ਸਵਾਗਤ। ਪਹਿਲੇ ਮੁੱਖ ਮੁੱਖ ਸਮਾਚਾਰ। ਸੋਪਰ ਚੋਏ ਦੇ ਇੱਕ ਵਿਸਫੋਟ ਧਮਾਕੇ 'ਚ 4 ਲੋਕਾਂ ਦੀ ਗਈ ਕੀਮਤੀ ਜਾਨ। ਸਾਵਣ ਮਹੀਨੇ ਦਾ ਦੂਆ ਸੋਮਵਾਰ ਅੱਜ ਜੰਮੂ ਡੁੱਬੇ ਦਾ ਰਿਹਾ ਸ਼ਿਵ ਭਗਤੀ ਦੇ ਵਿੱਚ। ਇੱਕ ਪੌਦਾ ਮਾਂ ਦੇ ਨਾਂ, ਇਹ ਅਭਿਆਨ ਪੂਰੇ ਦੇਸ਼ ਦੇ ਕੰਨੇ ਕੰਨੇ ਜੰਮੂ ਸੂਬੇ 'ਚ ਵੀ ਜਾਰੀ। ਜ਼ਿਲ੍ਹਾ ਰਾਜੌਰੀ ਦੀ ਤਹਿਸੀਲ ਸੁੰਦਰਬਣੀ ਦੀ ਮਰਚੋਲਾ ਸਿੜਕੇ ਦੀ ਹਾਲਤ ਖਰਾਬ। ਹੁਣ ਖਬਰਾਂ ਵਿਸਥਾਰ ਕੰਨੇ। ਉੱਤਰੀ ਕਸ਼ਮੀਰ ਦੇ ਸੋਪਰ 'ਚ ਸੋਮਵਾਰ ਦੁਪਹਿਰੀ ਇੱਕ ਵਿਸਫੋਟ 'ਚ 4 ਲੋਕਾਂ ਦੀ ਕੀਮਤੀ ਜਾਨ ਚਲੀ ਗਈ ਹੈ। ਵਿਸਫੋਟ ਦੇ ਬਾਅਦ ਕਾਇਲ ਰੂਪੇ 'ਚ ਇਹਨੇ ਕਿ ਫੌਰਨ ਨਜ਼ਦੀਕੀ ਹਸਪਤਾਲ 'ਚ ਪੁਜਾਇਆ ਗਿਆ ਹੈ, ਪਰ ਹਸਪਤਾਲ ਪੁਜਾਣੇ ਤਗਰ ਇਹ ਲੋਕ ਦਮ ਤੋੜੀ ਬੈਠੇ ਰਹੇ। ਪੁਲਿਸ ਨੇ ਮੌਕੇ ਪਰ ਪੁੱਜੀ ਅਤੇ ਮਾਮਲਾ ਦਰਜ ਕਰੀਏ ਇਸ ਵਿਸਫੋਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਵਣ ਮਹੀਨੇ ਦੇ ਦੂਏ ਸੋਮਵਾਰ ਕੀ ਸ਼ਿਵ ਮੰਦਰਾਂ 'ਚ ਭਗਤਾਂ ਦੀ ਭੀੜ ਉਮੜੀ ਦੀ ਰਹੀ। ਲੋਕਾਂ ਸ਼ਿਵਲਿੰਗ ਉੱਪਰ ਦੁੱਧ ਚੜ੍ਹਾਈ ਅਤੇ ਭੋਲੇਨਾਥ ਕੋਲਾ ਸੁੱਖ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਹੈ। ਜੰਮੂ ਸੂਬੇ ਦੇ ਹਰ ਇੱਕ ਮੰਦਰ 'ਚ ਪ੍ਰੇਮ ਭਗਤੀ ਅਤੇ ਭਗਵਾਨ ਸ਼ਿਵ ਦੇ ਜੈਕਾਰੇ ਗੂੰਜਿਆ ਕਰਦੇ ਹੈ। ਬੜਲੇ ਥਮਾਂ ਗਏ ਲੋਕਾਂ ਸ਼ਿਵ ਮੰਦਰ 'ਚ ਜਾਈਏ ਅਤੇ ਸ਼ਿਵਲਿੰਗ ਉੱਪਰ ਮੱਥਾ ਟੇਕਿਆ ਹੈ। ਸਾਵਣ ਮਹੀਨੇ ਦੇ ਸੋਮਵਾਰ ਦਾ ਵਰਤ ਹਿੰਦੂ ਧਰਮ 'ਚ ਬੜੀ ਮਾਨਤਾ ਰੱਖਦਾ ਹੈ। ਇੱਕ ਪੌਦਾ ਮਾਂ ਦੇ ਨਾਂ, ਇਹ ਅਭਿਆਨ ਪੂਰੇ ਦੇਸ਼ ਦੇ ਕੰਨੇ ਕੰਨੇ ਜੰਮੂ ਸੂਬੇ 'ਚ ਵੀ ਜਾਰੀ ਹੈ। ਲੋਕ ਇਸ ਪਲਾਂਟੇਸ਼ਨ ਡਰਾਈਵ ਕੀ ਅਗੜਾ ਹੈ ਵਧਾ ਕਰਦੇ ਨੇ। ਪ੍ਰਧਾਨ ਮੰਤਰੀ ਮੋਦੀ ਪਾਸੇ ਮਾਂ ਦੇ ਨਾਂ ਉੱਪਰ ਇੱਕ ਬੂਟਾ ਲਾਉਣੇ ਦੇ ਐਲਾਨ ਦੀ ਪਾਲਣਾ ਪੂਰਾ ਦੇਸ਼ ਕਰਿਆ ਕਰਦਾ ਹੈ। ਇਸ ਘੜੀ ਦੇ ਵਿੱਚ ਜੰਮੂ 'ਚ ਵੀ ਲੋਕ ਫੋਟੋ ਦੇ ਕੰਨੇ ਬੂਟਾ ਲਾਈਏ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਿਆ ਕਰਦੇ ਨੇ। ਬੂਟਾ ਲਾਉਣੇ ਕੰਨੇ ਆਪਣੀ ਮਾਂ ਦੇ ਸਮਾਨ ਧਰਤੀ ਮਾਂ ਦੀ ਰੱਖਿਆ ਵੀ ਹੋਊ। ਹਰ ਇੱਕ ਮਨੁੱਖੀ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ। ਸ਼੍ਰੀ ਮੋਦੀ ਹੋਰੇ 111ਵੇਂ ਐਪੀਸੋਡ 'ਚ ਮਨ ਕੀ ਬਾਤ ਕਾਰਜਕ੍ਰਮ 'ਚ ਬੂਟਾ ਲਾਉਣੇ ਦੀ ਅਪੀਲ ਲੋਕਾਂ ਕੰਨੇ ਕੀਤੀ ਸੀ। ਜ਼ਿਲ੍ਹਾ ਰਾਜੌਰੀ ਦੀ ਤਹਿਸੀਲ ਸੁੰਦਰਬਣੀ ਦੀ ਮਰਚੋਲਾ ਸਿੜਕ ਗੱਡੇ 'ਚ ਤਬਦੀਲ ਹੋ ਗਈ ਹੈ। ਇਸ ਰੂਟ ਉੱਪਰ ਚੱਲਣ ਵਾਲੀਆਂ ਗੱਡੀਆਂ ਆਪਣੇ ਟਾਈਮੇ ਕੋਲਾ ਚਿਰੇ ਪੂਜਾ ਕਰਦੀਆਂ ਨੇ। ਇਹ ਸਿੜਕ ਕਿਸੇ ਹਾਦਸੇ ਕੀ ਨਿਉਤਾ ਦਿਆ ਕਰਦੀ ਹੈ। ਦਰਸ਼ਕੋ, ਸੁੰਦਰਬਣੀ ਠੰਡਾ ਪਾਣੀ ਥਮਾਂ ਮਰਚੋਲਾ ਸਿੜਕੇ ਦੀ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੋਵੇ ਕਰਦੀ ਹੈ। ਲਿਖਤ ਤੌਰ ਉੱਪਰ ਇਸ ਸਿੜਕੇ ਦੀ ਸ਼ਿਕਾਇਤ ਮੌਜੂਦਾ ADC ਸੁੰਦਰਬਣੀ ਤਗਰ ਪੁਜਾਈ ਦਿੱਤੀ ਗਈ ਹੈ। ਮੁਕਾਮੀ ਲੋਕਾਂ ਦਾ ਪ੍ਰਸ਼ਾਸਨ ਕੰਨੇ ਅਨੁਰੋਧ ਹੈ ਕਿ ਇਸ ਸਿੜਕੇ ਕੀ ਜਲਦ ਠੀਕ ਕੀਤਾ ਜਾਏ ਤਾਂ ਜੇ ਕੋਈ ਹਾਦਸੇ ਦੇ ਸ਼ਿਕਾਰ ਨਹੀਂ ਹੋਵੇ। ਦਰਸ਼ਕੋ, ਇਹ ਸਿੜਕ ਮੁੱਖ ਤੌਰ ਉੱਪਰ 63 ਮੋਗਲਾ ਖਵਾਸ ਮਥਿਆਨੀ ਕੀ ਸੁੰਦਰਬਣੀ ਕੰਨੇ ਜੋੜਦੀ ਹੈ। ਇਸ ਬਿਜੀ ਸਿੜਕੇ ਉੱਪਰ 63 ਰੂਟ ਦੀਆਂ ਮੈਟਾਡੋਰਾਂ ਤੇ ਬੱਸਾਂ ਤੇ ਰੂਟ ਦੇ ਟੈਂਪੂ ਵੀ ਟੈਮੇ ਟੈਮੇ ਉੱਪਰ ਦੌੜਦੇ ਨੇ ਤੇ ਗ੍ਰਾਮ ਪਿੰਡਾਂ 'ਚ ਰੋਣੇ ਲਈ ਲੋਕਾਂ ਕੀ ਸੁੰਦਰਬਣੀ ਸ਼ਹਿਰ 'ਚ ਪੁਜਾਉਂਦੇ ਨੇ। ਖਾਸ ਤੌਰ ਉੱਪਰ ਸਕੂਲੀ ਟੀਚਰ ਤੇ ਦਫ਼ਤਰਾਂ 'ਚ ਜਾਣੇ ਲਈ ਮੁਲਾਜ਼ਮ ਲੋਕਾਂ ਦੀ ਰੋਜ਼ਾਨਾ ਆਪਣੀ ਡਿਊਟੀ ਉੱਪਰ ਦੌੜ ਰਹਿੰਦੀ ਹੈ ਤੇ ਸਕੂਲੀ ਬੱਚਿਆਂ ਦੀਆਂ ਗੱਡੀਆਂ ਵੀ ਟੈਮੇ ਟੈਮੇ ਉੱਪਰ ਬੱਚੇ ਤੇ ਟੀਚਰਾਂ ਕੀ ਸਕੂਲ ਪੁਜਾਉਂਦੀਆਂ ਨੇ। ਸਿੜਕ ਠੀਕ ਨਹੀਂ ਹੋਣੇ ਦੇ ਕਾਰਨ ਟੀਚਰ ਵੀ ਸਕੂਲ ਚਿਰੇ ਪੁੱਜਦੇ ਨੇ, ਜਿਹਦੇ ਕਾਰਨ ਟੈਮੇ ਉੱਪਰ ਹਾਜ਼ਰੀ ਲਾਉਣਾ ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ। ਗ੍ਰਾਂ ਦੇ ਲੋਕਾਂ ਦੇ ਮੁਤਾਬਕ ਇਸ ਸਿੜਕੇ ਉੱਪਰ ਲੋਡ ਕੈਰੀਅਰ ਡੰਪਰ ਰੋਜ਼ਾਨਾ ਰੇਤਾ ਬਜਰੀ ਲਈ 63 ਤੱਕ ਜਾਂਦੇ ਨੇ, ਜਿਹਦੇ ਕਾਰਨ ਰੋਡ ਹੋਰ ਖੱਡੇ 'ਚ ਤਬਦੀਲ ਹੋ ਗਈ ਹੈ। ਰੋਜ਼ਾਨਾ ਚੱਲਣ ਵਾਲੀਆਂ ਗੱਡੀਆਂ ਵੀ ਆਪਣੇ ਟਾਈਮੇ ਕੋਲਾ ਲੇਟ ਪੁੱਜਦੀਆਂ ਨੇ। ਸਾਡੀ ਵੀ ਪ੍ਰਸ਼ਾਸਨ ਕੰਨੇ ਅਪੀਲ ਰੋਕ ਕੇ ਜਲਦ ਇਸ ਸਿੜਕੇ ਦੀ ਮੁਰੰਮਤ ਹੋਣੀ ਚਾਹੀਦੀ ਹੈ ਤਾਂ ਜੇ ਲੋਕਾਂ ਕੀ ਆਉਣੇ ਜਾਣੇ 'ਚ ਰਾਹਤ ਮਿਲੇ।
ਆਗਾਮੀ ਵਿਧਾਨ ਸਭਾ ਚੁਣਾਵਾਂ ਦੇ ਵਿੱਚ ਓਬੀਸੀ ਮੋਰਚਾ ਸਮੁਦਾਇ ਇਕਜੁੱਟ ਹੋਈਏ ਦੇਸ਼ ਭਗਤੀ ਪਾਰਟੀ ਭਾਜਪਾ ਦਾ ਸਮਰਥਨ ਕਰੇਗਾ। ਭਾਜਪਾ ਓਬੀਸੀ ਮੋਰਚਾ ਨੇ ਸੁੰਦਰਬਨੀ ਕਾਲਾਕੋਟ ਵਿਧਾਨ ਸਭਾ ਖੇਤਰ 'ਚ ਓਬੀਸੀ ਸੰਮੇਲਨ ਦਾ ਆਯੋਜਨ ਕੀਤਾ ਹੈ। ਕਾਰਜਕ੍ਰਮ 'ਚ ਮੁੱਖ ਰੂਪ ਵਿੱਚ ਭਾਜਪਾ ਓਬੀਸੀ ਮੋਰਚਾ ਜੰਮੂ ਕਸ਼ਮੀਰ ਦੇ ਪ੍ਰਭਾਰੀ ਜੋਤੀ ਸਤੀ ਮੌਜੂਦ ਰਹੇ ਹਨ। ਇਸ ਕਾਰਜਕ੍ਰਮ ਦਾ ਆਯੋਜਨ ਸੋਮਨਾਥ ਵਰਮਾ ਹੋਰੇ ਕੀਤਾ ਅਤੇ ਬੜੀ ਸੰਖਿਆ ਦੇ ਵਿੱਚ ਓਬੀਸੀ ਦੇ ਲੋਕਾਂ ਬੜੇ ਉਤਸ਼ਾਹ ਕਨੇ ਇਸ ਕਾਰਜਕ੍ਰਮ 'ਚ ਹਿੱਸਾ ਲਿੱਤਾ ਹੈ। ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਹਮਾਰੇ ਓਬੀਸੀ ਮੋਰਚੇ ਕੇ ਪ੍ਰਭਾਰੀ
ਆਗੇ ਕਰ ਦਿੱਤੇ ਹੈ। ਆਜ ਉਹ ਕੋ ਸਭ ਸਿਖਾਏ ਦਾ ਸਮਝ ਆ ਗਿਆ ਹੈ। ਆ ਪੜੇ ਓਬੀਸੀ ਸਮਾਜ ਦੇ ਮੈਸੇਜ ਮੈਨੇ ਬੋਲਣ ਲਈ ਬਹੁਤ ਹੀ ਦੇਸ਼ਭਗਤ ਸਮਾਜ ਹੈ। ਇਹ ਓਬੀਸੀ ਕੋ ਨਾ ਹੀ ਮੈਂ ਖੁਦ ਦੇਣ ਦੀ ਜ਼ਰੂਰਤ ਹੈ ਨਾ ਕਿਸੇ ਕੋ ਬਤਾਣੇ ਦੀ, ਕਿਉਂਕਿ ਜਦ ਵੀ ਦੇਸ਼ ਦੇ ਉੱਪਰ ਬਾਤ ਆਉਂਦੀ ਹੈ ਤਾਂ ਓਬੀਸੀ ਸਮਾਜ ਨੂੰ ਵੱਡ ਚੜ੍ਹ ਕੇ ਆਦੇ ਆਪਣੇ ਓਬੀਸੀ ਨੂੰ ਓਬੀਸੀ ਨੇ ਪਹਿਲੇ ਕੰਮ ਦੀ ਜਿਸੇ 16 ਹੋਰ ਮਿਲਾਵੇ ਤੇ ਕਰ ਸਕਦੇ ਹਨ। ਬਹੁਤ ਹੀ ਅੱਛੀ ਸੇਵਾ ਕਰਨਾ ਚਾਹੋ ਮੋਨੇ ਦੇ ਪਹਿਲੇ ਬੋਲ ਕੋ ਪਹਿਲਾ ਪਹਿਲੇ ਦਾ ਹੱਥੇ ਬਰਾਬਰ ਪਹਿਲੇ ਕੰਮ ਦੀ ਬਰਾਬਰ ਜਦ ਕੋਰੋਨਾ ਟਾਈਮ ਹੈ ਹਮ ਸਾਰੇ ਭੁੱਖੇ ਮਰ ਰਹੇ ਥੇ ਹਮਾਰੇ ਘਰ ਮੇ ਕੋਰੋਨਾ ਹੁਆ ਥਾ ਤਬ ਆਪ ਆ ਗਏ ਅਬ ਤੋ ਆਪ ਨਹੀਂ ਦੇਖੇ ਅਬ ਤੋ ਯੇ ਭਾਰਤੀ ਜਨਤਾ ਪਾਰਟੀ ਕੇ ਕਾਰਨ ਅੰਦਰ ਹੀ ਆਪ ਹਮਾਰੇ ਘਰ ਮੇ ਆਤੇ ਥੇ ਯਹੀ ਮਾਰੇ ਲਈ ਆਸ਼ਾ ਆਸ ਕਰਦੇ ਥੇ ਯਹੀ ਮਾਰੇ ਲਈ ਦਵਾਈਆਂ ਲਾਤੇ ਥੇ ਔਰ ਮੈਂ ਤੋ ਧੰਨਵਾਦ ਕਰਨਾ ਚਾਹਤਾ ਹੂੰ ਕਿਸੀ ਸਮਾਜ ਕੋ ਔਰ ਜੋ ਹੀ ਮੇਰੇ ਸਾਥ ਸਾਰੇ ਟੀਮ ਰਹੀ ਥੀ ਕਿ ਜਿਤਨਾ ਕਾਰਨ ਹਮਨੇ ਕੀਆ ਜੈਸੇ ਹਮਾਰੇ ਬੈਂਕ ਬੋਲੇ ਥੇ ਕਿ ਮੈਂ ਭਾਸ਼ਣ ਦੇਤਾ ਤੋ ਨੀਚੇ ਹੰਸਦੇ ਥੇ ਔਰ ਜਬ ਹਮ ਮੋਰਚੋ ਕੀ ਜਬ ਸਾਰੇ ਸੇ ਨਹੀਂ ਹੋਤੀ ਥੀ ਜਬ ਪੁੱਛਤੇ ਥੇ ਤੋ ਹਮਾਰੇ ਕਾਰਯਕਰਮ ਐਸੇ ਹੋਤੇ ਥੇ ਏਕ ਦਿਨ ਮੈਂ ਹਮ ਦੋ ਦੋ ਕਾਰਯਕਰਮ ਕਰਤੇ ਥੇ ਚਾਰ ਚਾਰ ਕਰਤੇ ਥੇ ਔਰ ਮਿਹਨਤ ਸਾਚਾ ਹੈ ਆਨ ਔਰ ਆਫ ਐਸੇ ਆਫਿਸ ਪਹੁੰਚਣਾ ਚਾਹਤਾ ਤਾ ਆਪਕੇ ਜੀਵਨ ਮੇ ਇਨਕੇ ਜੀਵਨ ਮੇ ਵੀ ਸਾਰੇ ਮੇਰੇ ਇਲੈਕਸ਼ਨ ਹੋ ਚੁਕੇ ਹੋਗੇ ਹਰ ਮੰਡਲ ਪਰ ਹਰ ਕੰਸਟੀਚੁਐਂਸੀ ਮੇ ਲਈ ਇੱਕ ਸੁਮੇਲਨ ਚੱਲਦਾ ਹੈ ਇਸਕੇ ਲਈ ਵਹੀ ਇੱਕ ਵਿਚਾਰ ਲੇਕਰ ਇਹ ਸੋਚ ਵਿੱਚ ਹਮ ਚੱਲ ਰਹੇ ਪਾਰਟੀ ਇਹ ਚੱਲਦੀ ਹੈ ਕਿ ਨੀਚੇ ਤੱਕ ਹਰ ਵਿਅਕਤੀ ਤੱਕ ਹਮਾਰੀ ਸੋਚ ਪਹੁੰਚੇ ਹਮਾਰੇ ਕਾਰਨ ਪਹੁੰਚੇ ਪਰ ਸਭ ਤੋਂ ਜ਼ਿਆਦਾ ਆਪਾਂ ਤਭੀ ਮਹਿਸੂਸ ਹੁੰਦਾ ਕਿ ਉਨ ਤੱਕ ਉਹ ਬਾਤ ਪਹੁੰਚੀ ਨਹੀਂ ਹੈ ਉਨ ਤੱਕ ਉਹ ਬਾਤ ਪਹੁੰਚਣੀ ਚਾਹੀਏ ਥੀ ਇਸ ਲਈ ਹਮ ਸਭੀ ਸੰਮੇਲਨ ਆਪਣੇ ਆਪਣੇ ਵਰਗੋ ਮੇ ਜੈਸੇ ਹੋਤੀ ਹੈ ਸਭੀ ਕਰੋੜ ਹੋਤੀ ਹੈ ਕੋ ਚਾਹੇ ਐਸੀ ਹੋ ਚਾਹੇ ਉਹ ਵੀ ਸੋਚ ਚਾਹੇ ਨਾ ਜਿੰਨੇ ਵੀ ਵਰਗ ਹੈ ਸਭ ਕੋ ਵਰਗੋ ਪਾ ਕੇ ਉਡਾ ਦੇ ਇਸੀ ਤਰ੍ਹਾਂ ਜਦ ਹਮ ਵੋਟ ਡਾਲਦੇ ਹੈ ਤੋ ਆਸ ਪਾਸ ਹੈ ਜਦ ਉਹ ਸ਼ਕਤੀ ਦੇਤੇ ਹੈ ਤੋ ਮੋਦੀ ਜੀ ਕੋ ਵੀ ਵਾਪਰ ਬੈਠੇ ਸ਼ਕਤੀ ਦੇਤੇ ਹੈ ਔਰ ਇਸ ਲਈ ਕਿਆ ਹਮ ਵੋਟ ਆਪਕੇ ਵਾਪਸ ਲਾਣਾ ਚਾਹਤੇ ਹੈ ਜਿਨ੍ਹਾਂ ਨੇ ਹਮਾਰੇ ਪੂਰ ਪੁਜੋ ਪਰ ਗੋਲੀਆਂ ਚਲਵਾਈ ਥੀ ਕੱਲ ਅਗਰ ਦੁਬਾਰਾ ਐਨਸੀ ਆ ਜਾਏਗੀ ਪੀਡੀਪੀ ਆ ਜਾਏਗੀ ਤੋ ਉਹ ਕਿਆ ਕਰੇਗੇ ਫਿਰ ਵਹੀ ਕਰਵਾ ਵਾਲਾ ਵਾਲਾ ਖੇਲ ਚਲੇਗਾ ਤੋ ਹਮ ਫਿਰ ਮੈਂ ਮੀਟਿੰਗ ਐਸੀ ਆ ਜਾਏਗੀ ਫਿਰ ਸਭੀ ਕੋ ਮੀਟਿੰਗ ਸੋਚ ਜੋ ਜਿਨ੍ਹਾਂ ਨੇ ਅੰਦਰ ਲਿਆ ਤੋ ਸਭਾ ਸਭੀ ਸਭੋ ਪਰ ਆ ਜਾਏਗੀ ਸ਼ਾਦੀ ਹੈ ਅੱਲਾਹ ਹੈ ਕਿ ਮੇਰੀ ਬਹਿਨ ਦੀ ਸ਼ਾਦੀ ਹੈ ਮੇਰੀ ਬੇਟੀ ਦੀ ਸ਼ਾਦੀ